ਨਹਮਦੁਹ ਵਨ ਸੱਲੀ ਅਲਾ ਰਸੂਲਹਿ ਕਰੀਮ ਅਮਾਂ ਬਾਦ ਫਾਉਜ਼ੂ ਬਿਲਲਾਹ ਮਿਨ ਅ ਸ਼ੈਤਾਨ ਅ ਰਜੀਮ ਬਿਸਮਿਲਹਿ ਰਹਿਮਾਨ ਅ ਰਹੀਮ ਮੈਂ ਤੁਹਾਡਾ ਮੇਜ਼ਬਾਨ ਚੌਧਰੀ ਅਬਦੁਰ ਰਜ਼ਾਕ ਨੰਬਰਦਾਰ ਤੁਹਾਨੂੰ ਵਿਲੇਜ ਵਲੌਗ ਚੈਨਲ ਤੋਂ ਖੁਸ਼ ਆਮਦੀਦ ਆਖਣਾ ਵਾ ਅੱਜ 2021 ਦਾ ਪਹਿਲਾ ਦਿਨ ਹੈ ਤੇ ਮੇਰੀ ਦੁਆ ਹੈ ਕਿ ਅੱਲਾਹ ਪਾਕ ਇਹ ਦਿਨ ਇਹ ਸਾਲ ਸਾਡੇ ਵਾਸਤੇ ਖੁਸ਼ੀਆਂ ਰਹਿਮਤਾਂ ਤੇ ਬਰਕਤਾਂ ਵਾਲਾ ਬਣਾਏ ਮੇਰਾ ਤਲਕ ਚੱਕ ਨੰਬਰ 10 ਨੈਲ ਦੇ ਨਾਲ ਹੈ ਜਿੰਦਾ ਤਹਿਸੀਲ ਰੇਨਾਲਾ ਖੁਰਦ ਹੈ ਤੇ ਜ਼ਿਲ੍ਹਾ ਕੋੜਾ ਜਿਹੜਾ ਕਿ ਪੀਰ ਦੀ ਹੱਟੀ ਰੋਡ ਦੀਪਾਲਪੁਰ ਦੇ ਉੱਤੇ ਵਾਕਿਆ ਹੈ ਇਹਦਾ ਪੁਰਾਣਾ ਨਾਂ ਤੇ ਤਹਿਜ਼ੀਬੀ ਨਾ ਜਿਹੜਾ ਸੀ ਉਹ 10 ਛੱਕ ਫੌਜੀਆ ਵਾਲਾ ਤੇ ਸਾਢੇ 10 ਛੱਕ ਦਾ ਰਕਬਾ ਤਕਰੀਬਨ ਸਾਢੇ 1200 ਕਿੱਲੇ ਸਾਢੇ 1200 ਏਕੜ ਜਿਨ੍ਹਾਂ ਨੂੰ ਸਾਢੇ 1200 ਕਿੱਲੇ ਕਿਹਾ ਜਾਂਦਾ ਹੈ ਇੰਦੀ ਆਬਾਦੀ ਤਕਰੀਬਨ 5 ਤੋਂ 6000 ਲੋਕ ਨੇ ਇਥੋਂ ਦੇ ਵਸਨੀਕ ਜਿਹੜੇ ਨੇ ਨਾ ਜ਼ਿਆਦਾਤਰ ਖੇਤੀਬਾੜੀ ਦੇ ਨਾਲ ਹੀ ਤੱल्लਕ ਹੈ ਉਹਨਾਂ ਦਾ ਤੇ ਦੂਸਰਾ ਇਹਨਾਂ ਦਾ ਰੋਜ਼ੀ ਰੋਟੀ ਦਾ سلسلہ ਜਿਹੜਾ ਹੈ ਮਸਰੀ ਸ਼ਾ ਲਾਹੌਰ ਤੋਂ ਚੱਲਦਾ ਹੈ ਇੱਥੋਂ ਦੇ ਵਸਣ ਵਾਲੇ ਲੋਕ ਮੋਸਟਲੀ ਜਿਹੜੇ ਜ਼ਿਆਦਾਤਰ ਰਾਇਨ ਨੇ ਤੇ ਗੁੱਜਰ ਵੱਟੂ ਮਲਕ ਪਟੀ ਖੋਖਰ ਖਰਲ ਤੇ ਜੋਇਆ ਵੀ ਇੱਥੇ ਆਬਾਦ ਨੇ ਸਾਡੇ ਪਿੰਡ ਵਿੱਚ 4 ਮਸਜਿਦਾਂ ਤੇ 3 ਮਦਰਸੇ ਤੇ 5 ਸਕੂਲ ਨੇ ਫਰੀ ਡਿਸਪੈਂਸਰੀ ਗਰੀਬ ਲੋਕਾਂ ਵਾਸਤੇ ਹੈ ਤੇ ਜਾਨਵਰਾਂ ਵਾਸਤੇ ਸਰਕਾਰੀ ਹਸਪਤਾਲ ਵੀ ਬਣਿਆ ਹੋਇਆ ਹੈ ਪੱਕੀਆਂ ਸੜਕਾਂ ਜਿਹੜੀਆਂ ਰੇਨਾਲਾ ਸ਼ਹਿਰ ਦੀਪਾਲਪੁਰ ਤੇ ਉਕਾੜ ਨੂੰ ਮਿਲਾਂਦੀਆਂ ਨੇ ਉਹ ਦੋ ਨੇ ਤੇ ਸਾਡੇ ਪਿੰਡ ਦੇ ਆਲ ਦਵਾਲੇ ਦੇ 9 ਪਿੰਡਾਂ ਦੇ 9 ਪਿੰਡਾਂ ਦਾ ਮੈਂਬਰ ਜ਼ਿਲ੍ਹਾ ਕੌਂਸਲ ਮਰਹੂਮ ਚੌਧਰੀ ਮੁਹੰਮਦ ਹੁਸੈਨ ਸੀ ਇਹਨਾਂ ਤੋਂ ਬਾਅਦ ਫਿਰ ਵਾਰੀ ਆਈ ਚੌਧਰੀ ਮੁਹੰਮਦ ਮੁਸ਼ਤਾਕ ਨੰਬਰਦਾਰ ਦੀ ਜਿਹੜੇ ਕਿ ਐਕਸ ਨਾਜ਼ਮ ਵੀ ਰਹਿ ਚੁਕੇ ਨੇ ਚੌਧਰੀ ਮੁਸ਼ਤਾਕ ਨੰਬਰਦਾਰ ਤਹਿਸੀਲ ਦੇ ਨੰਬਰਦਾਰਾਂ ਦੇ ਸਦਰ ਵੀ ਸਨ ਤੇ ਉਸ਼ਰ ਜ਼ਕਾਤ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ ਸਾਡੇ ਚੱਕ ਤੇ ਦੋ ਨੰਬਰਦਾਰ ਜਿਨ੍ਹਾਂ ਵਿੱਚ ਪਹਿਲਾ ਨਾਂ ਇਨਸ਼ਾਅੱਲਾ ਉਸਾਮਾ ਮੁਸ਼ਤਾਕ ਦਾ ਵੇ ਜਿਨ੍ਹਾਂ ਦੀ ਵਲਦੀਅਤ ਚੌਧਰੀ ਮੁਹੰਮਦ ਮੁਸ਼ਤਾਕ ਨੰਬਰਦਾਰ ਵਲਦ ਅਬਦੁਲਸਤਾਰ ਨੰਬਰਦਾਰ ਵਲਦ ਫਤਿਹ ਮੁਹੰਮਦ ਨੰਬਰਦਾਰ ਵਲਦ ਸ਼ੇਰਾ ਨੰਬਰਦਾਰ ਵਲਦ ਨਿਜ਼ਾਮ ਨੰਬਰਦਾਰ ਨੇ ਤੇ ਦੂਸਰੇ ਨੰਬਰਦਾਰ ਨੇ ਮੁਹੰਮਦ ਰਮਜ਼ਾਨ ਬਲਦ ਅਬਦਰਮਾਨ ਤੇ ਬਲਦ ਅਬਦੁਲ ਮਜੀਦ ਬਲਦ ਅਬਦੁਲਾ ਸਾਡੇ ਪਿਓ ਦਾਦੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਤਹਿਸੀਲ ਨੰਦੀ ਜ਼ੀਰਾ ਸੀ ਤੇ ਪਿੰਡ ਸਾਡੇ ਵਡਿਆਂ ਦਾ ਫੇਮੇ ਵਾਲਾ ਸੀ ਤੋਂ ਹਿਜਰਤ ਕਰਕੇ ਇੱਥੇ ਦਾਸ ਚ ਰੇਨਾਲਾ ਕੋ ਰਦਾਏ ਸਾਡੇ ਪਿੰਡ ਵਿੱਚ ਦੋ ਘੋੜੀ ਪਾਲ ਜਿਨ੍ਹਾਂ ਚੋਂ ਚੌਧਰੀ ਅਬਦੁਲ ਫੀਜ਼ ਵਲਦ ਅਬਦੁਲ ਹਮੀਦ ਤੇ ਵਲਦ ਅਬਦੁਲ ਵਾਹਿਦ ਤੇ ਦੂਸਰੇ ਨੇ ਭਾਈ ਅਸਗਰ ਵਲਦ ਇਬਰਾਹੀਮ ਵਲਦ ਹਾਜੀ ਅਬਦੁਲ ਅਜ਼ੀਜ਼ ਇਹ ਦਸਕ ਦੇ ਪਿੰਡ ਨੂੰ ਜਿਹੜੀ ਜ਼ਮੀਨ ਆ ਉਹਨੂੰ ਸਰਾਬ ਕਰਨ ਵਾਸਤੇ ਵਨਾਲ ਨਹਿਰ ਹੈ ਜਿੰਦੇ ਵਿੱਚੋਂ ਚਾਰ ਮੋਗੇ ਨਿਕਲੇ ਹੋਏ ਨੇ ਤੇ ਫੀ ਮੋਗਾ तकरीबन 300 300 ਕਿਲੇ ਨੂੰ ਸਰਬ ਕਰਦਾ ਹੈ ਪਿੰਡ ਸਾਡਾ ਹਰਿਆ ਭਰਿਆ ਫਸਲਾਂ ਦੇ ਨਾਲ ਭਰਿਆ ਹੋਇਆ ਹੈ ਤੇ ਇਥੋਂ ਦੇ ਲੋਕ ਇੱਕ ਦੂਸਰੇ ਦੇ ਬੜੇ ਇੱਕ ਦੂਸਰੇ ਨਾਲ ਬੜੇ ਹੀ ਮਿਲ ਅਨਸਾਰ ਤੇ ਦੁੱਖ ਸੁੱਖ ਦੇ ਸਾਂਝੇ ਨੇ ਅੱਲਾਹ ਪਾਕ ਸਾਡੇ ਪਿੰਡ ਨੂੰ ਇੰਜ ਹੀ ਖੁਸ਼ ਤੇ ਆਬਾਦ ਰੱਖੇ ਆਖਰ ਤੇ ਮੈਂ ਦੁਆਗੋ ਆਂ ਕਿ ਅੱਲਾਹ ਪਾਕ ਸਾਡੇ ਪਿੰਡ ਤੇ ਰਹਿਮਤਾ ਤੇ ਬਰਕਤਾਂ ਦਾ ਨਜ਼ੂਲ ਫਰਮਾਏ ਆਮੀਨ ਸੋਮਾ ਆਮੀਨ